ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਹੋ ਅਰਸ਼ਦ ਅਲੀ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਅਰਸ਼ਦ ਅਲੀ ਜੋਈਆ। ਅਤੇ ਜਿਵੇਂ ਕਿ ਜਨਾਬ ਤੁਹਾਨੂੰ ਪਤਾ ਹੈ ਕਿ ਮੈਂ ਹਰ ਰੋਜ਼ ਇਹ ਕੋਸ਼ਿਸ਼ ਕਰਨਾ ਕਿ ਤੁਹਾਡੇ ਵਾਸਤੇ ਜਨਾਬ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂ, ਅਤੇ ਅੱਜ ਵੀ ਜਨਾਬ ਮੈਂ ਲੈ ਕੇ ਆਇਆਂ। ਆਹ ਮੇਰੇ ਅੱਗੇ ਜਨਾਬ ਇੱਕ ਬੁਰੀ ਮੈਂ ਫਿਰਦੀ ਹੈ, ਆਹ ਕੈਮਰਾਮੈਨ ਸਾਹਿਬ ਬਸ ਮਹਿੰਦੀ ਜਨਾਬ ਕਰਾਓ ਤਸੱਲੀ, ਚਾਰਜ ਫਿਰੋ ਟੋਰ ਫਿਰ ਕੇ ਜਨਾਬ ਚਾਚੇ ਨੂੰ ਕਹਿਣਾ ਮਾੜੀ ਜਿਹੀ ਛਿੱਕ ਲੈ ਅੱਗੋਂ, ਇਹ ਮੈਂ ਜਨਾਬ ਸੁਵਣ ਵਾਲੀ ਹੈ, ਕਿੰਨੇ ਦਿਨਾਂ ਨੂੰ ਸੁਵੇਗੀ, ਇਹ ਕਰਾਂਗਾ ਜਨਾਬ ਚਾਚੇ ਨਾਲ। ਅਤੇ ਲੈਣੇ ਦੇਣੇ ਮੁਕੱਦਰ ਹੁੰਦੇ ਨੇ। ਅਰਸ਼ਦ ਅਲੀ ਟੀ ਵੀ ਚੈਨਲ ਜਨਾਬ ਤੁਹਾਡੇ ਵਾਸਤੇ ਨੀਲੀ ਬਾਹਰ ਦੀਆਂ ਜਨਾਬ ਮੱਝਾਂ ਲੈ ਕੇ ਆਉਂਦਾ, ਅਤੇ ਲੱਭ ਲੱਭ ਕੇ ਅਤੇ ਜਨਾਬ ਚੰਗੀਆਂ ਚੀਜ਼ਾਂ ਚੜ੍ਹਾਉਂਦਾ, ਤਾਂ ਕਿ ਤੁਹਾਨੂੰ ਜਿਹੜਾ ਇਹ ਪਤਾ ਲੱਗੇ ਕਿ ਵਾਕਿਆ ਜਿਹੜੀ ਮੈਂ ਅਰਸ਼ਦ ਅਲੀ ਟੀ ਵੀ 'ਤੇ ਚੜ੍ਹਦੀ ਹੈ ਉਹ ਕਿਸੇ ਹੋਰ ਰੰਗੀ ਨਹੀਂ ਹੁੰਦੀ ਹੈ। ਜਨਾਬ ਮੈਂ ਤੁਸੀਂ ਵੇਖ ਰਿਹਾ ਜੇ ਇਹ ਕਿਨਵਾਂ ਸੁਬਾਹ ਸੁਵੇਗੀ, ਇਹ ਮੈਂ ਕਰਾਂਗਾ ਚਾਚੇ ਨਾਲ ਗੱਲਾਂ ਅਤੇ ਇਹਦੀਆਂ ਕਰਾਓ ਜੀ ਤਸੱਲੀਆਂ। ਚਾਚਾ ਜੀ ਤੁਸੀਂ ਮੇਰੇ ਕੋਲ ਆ ਜਾਓ ਅਤੇ ਮੈਂ ਆਪਣਾ ਭਾਵੇਂ ਫਿਰਦੀ ਰਹਿਣ ਦਿਓ ਇੱਥੇ, ਅਤੇ ਮੈਨੂੰ ਇਸ ਮੈਂ ਦੇ ਬਾਰੇ ਤੁਸੀਂ ਦੱਸਣਾ ਵੀ ਇਹ ਮੈਂ ਸੁਵਣ ਵਾਲੀ ਹੈ ਅਤੇ ਕਿੰਨੇ ਦਿਨਾਂ ਨੂੰ ਇਹ ਸੁਵੇਗੀ। ਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਇਹ ਜੀ 22 ਤਰੀਕ ਨੂੰ ਇਹਦੇ ਦੇਹ ਪੂਰੇ ਹੋ ਗਏ। ਅੱਛਾ, ਅਤੇ ਇਹ ਸੁਵਣ ਅਤੇ ਇਹ ਅਤੇ ਇਹਦੇ ਮੁੱਠ ਵਰ ਥਾਣ ਵਾਲੀ ਤਰੀਫ ਵੇਖੋ ਜੀ, ਮੈਂ ਕਦੇ ਕਦੇ ਵੇਖੀ ਨਾ, ਖਾਸ ਨੀਲੀ ਦੀ ਮੈਂ ਖਾਸ ਨੀਲੀ ਦੀ ਅਤੇ ਚੜਿਆਂ ਨਾਲ ਟੋਰ ਨਹੀਂ ਸਕਦੀ ਇਹਨੂੰ, ਵੇਖ ਆਦੀ ਤਾਰੀਫ ਕਰ, ਇਹਨੂੰ ਵੇਖ ਤਸੱਲੀ ਕਰ, ਖੁਰ ਵੇਖ, ਸਿੰਘ ਵੇਖ, ਪੈਰ ਵੇਖ, ਥਣ ਵੇਖ। ਅੱਛਾ ਇਹ ਸੁਬਾਹ ਕਿੰਨਵਾਂ ਸੁਵੇਗੀ ਹੁਣ? ਇਹ ਦੂਜਾ। ਅੱਛਾ ਦੂਜਾ ਸੁਬਾਹ ਇਹ ਸੁਵੇਗੀ। ਮੈਂ ਛੱਡ ਕੇ ਅਤੇ ਤੂੰ ਆ ਜਾਓ ਖੜੀ ਰਹਿਣ ਦੇ, ਮੈਂ ਕੈਮਰੇ ਵਾਲਾ ਵਿਖਾ ਲਿਆ ਆਪੇ ਹੀ। ਅੱਛਾ ਤੁਸੀਂ ਕਹਿੰਦੇ ਪੈ ਜੇ ਵੀ ਇਹ ਦੂਜਾ ਸੁਬਾਹ ਸੁਵੇਗੀ ਅਤੇ 22 ਤਰੀਕ ਨੂੰ ਇਹਦੇ ਦਿਨ ਪੂਰੇ ਹੋ ਜਾਣਗੇ। ਇੰਝ ਇੰਝ ਬਿਲਕੁਲ 22 ਤਰੀਕ ਨੂੰ ਦੂਜਾ ਸੁਬਾਹ ਕਰਦੀ ਮੈਂ ਪਿਓਰ ਨੀਲੀ ਦੀ ਨਿਗਮ ਆਖ ਦਰਿਆ ਦੀ ਮੈਂ, ਇਹੋ ਜੀ ਆਮ ਤੂੰ ਟੀਵੀਆਂ 'ਤੇ ਚੜੇਂਦਾ ਉਹਨੇ ਕਿਸੇ ਵੇਖੀ ਨਾ ਉਸ, ਇਨਸ਼ਾ ਅੱਲਾ ਦੁੱਧ ਜਨਾਬ ਵਾਲੀ 22-23 ਲੀਟਰ ਮੈਂ ਦੇਖ ਦੁੱਧ ਪਹਿਲੇ ਨੂੰ ਉਹ ਦਿੱਤੇ ਸੀ ਨਿਗਮ ਆਣ ਮੈਂ ਦੇ ਟੋਰਾਂ ਵੇਖ। ਨਹੀਂ 22-23 ਲੀਟਰ ਤਾਂ ਆਪਾਂ ਜ਼ਿਆਦਾ ਦੁੱਧ ਤੁਸੀਂ ਦੱਸੀ ਜਾਂਦੇ ਜੇ, ਨਹੀਂ ਦੁੱਧ ਜਿਹੜਾ ਮੈਂ ਆਪਣਾ ਮੂੰਹ 'ਤੇ ਪਵੇ ਉਹ ਦੁੱਧ ਹੱਥ ਚਾਰੇ ਥਾਣ ਇੱਕ ਹੱਥ ਹੀ ਕਰ, ਏਡਾ ਮਿੱਠਾ ਚੁਆ ਪਿਆਰਾ ਅਸੀਂ ਵੇਖਣ ਨਹੀਂ ਜਾਂਦਾ, ਮੁੱਠ ਵਰ ਥਾਣ ਇਹੋ ਜੀ ਆਮ ਤੂੰ ਬਾਹਰ ਹੀ ਬਣੇ ਮੈਂ ਤੇਰੇ ਮੱਥੇ ਹੀ ਨਹੀਂ ਲੱਗੀ, ਜੋ ਯਾਦ ਆ ਵੀ ਉਹ ਜੀ ਮੈਂ ਤੇਰੇ ਮੱਥੇ ਹੀ ਨਹੀਂ ਲੱਗੀ, ਭਾਵੇਂ ਜਿੱਥੇ ਫਿਰਦਾ ਰਾਏ ਇੱਧਰ ਨਿਗੇ ਮਾਰੀ ਵੀ ਟੋਰ ਕੇ ਮੈਂ ਦੀਏ ਕਾਲ ਮੜੇਚੀ ਮੈਂ ਬਹਿਣ ਚੋ ਦਰਿਆ ਦੀ ਇਹੋ ਜੀ, ਬਸ ਮੁੜ ਹਰ ਕਿਸੇ ਨੂੰ ਆਪੋ ਦੀਆਂ ਮਜਬੂਰੀਆਂ ਨਾਲ ਵੇਚਣੀਆਂ ਪੈ ਜਾਂਦੀਆਂ। ਠੀਕ ਹੋ ਗਿਆ। ਅਤੇ ਹੁਣ ਗੱਲ ਇੱਦਾਂ ਵੀ ਇਹ ਤੁਸੀਂ ਕਹਿੰਦੇ ਪੈ ਜੇ ਕਿ 22 ਤਰੀਕ ਨੂੰ ਸੂ ਪੈ ਗਈ ਅਤੇ ਸੁਬਾਹ ਸੁਵੇਗੀ ਇਹ ਦੂਸਰਾ, ਅਤੇ ਇਹ ਆਪਣਾ ਜਿਹੜੀ ਮੈਂ ਆਪਣੀ ਬਸ ਖਾਲੀ ਰਹਿਣ ਤੋਂ ਕਿਹੜੇ ਨਹੀਂ ਜਾਂਦੀ ਹੈ ਮੈਂ, ਅਤੇ ਹੁਣ ਇਸ ਮੈਂ ਦੇ ਜਨਾਬ ਫਾਈਨਲ ਜਿਹਾ ਪੈਸੇ ਦੱਸਣੇ ਨੇ ਵੀ ਇੰਨੇ ਪੈਸੇ ਲੈਣੇ ਨੇ ਜਨਾਬ। 3 ਲੱਖ ਪਿਆਰ ਮੁਹੱਬਤ 3 ਲੱਖ। ਇਹਦੇ ਵਿੱਚ ਕੋਈ ਮਾੜਾ ਮੋਟਾ ਹੋਰ ਵੀ ਪਿਆਰ ਮੁਹੱਬਤ ਕਰ ਲਵੀਂ ਯਾਰ? ਜੇ ਪਿਆਰ ਮੁਹੱਬਤ ਥੋੜ੍ਹਾ ਕਹਿਣਾ ਉਹ ਵੀ ਬਿਹਤਰ ਹੈ, ਐਵੇਂ ਸੋਚ ਕੋਈ ਫੀਸਾ ਸੋਸੀ ਆਦਿ ਵੇਖ ਲਓ ਤਸੱਲੀ ਕਰ ਲਓ, ਥੋੜ੍ਹਾ ਗਣਾ ਇਹ ਨਹੀਂ ਵੀ ਆਮ, ਥੋੜ੍ਹਾ ਗਣਾ ਹੀ ਹੋਮਣਾ ਹੈ। ਚਲੋ ਠੀਕ ਹੈ, ਕਰ ਲੈਣਾ ਤੁਸੀਂ, ਅਤੇ ਆਹ ਕੈਮਰਾਮੈਨ ਸਾਹਿਬ ਦੇ ਜਨਾਬ ਸਵਾਰ ਕੇ ਤਸੱਲੀ ਕਰਾਓ ਜਨਾਬ, ਅਤੇ ਆਹ ਮਾੜਾ ਮੂੰਹ ਪਾਲਾ ਪਾਠਕਾਂ ਦਾ ਮੂੰਹ ਚੈੱਕ ਕਰੀਏ ਸੀਲ ਹੈ ਕਿ ਨਹੀਂ। ਠੀਕ ਹੋ ਗਿਆ ਜੀ, ਅਤੇ ਦੰਦ ਪੂਰੇ ਹੀ ਨੇ ਦੋਸਤੋ। ਦੋ ਆਪਣਾ ਦੂਸਰਾ ਸੁਬਾਹ ਸੁਵੇਗੀ ਅਤੇ 22 ਤਰੀਕ ਨੂੰ ਦਿਨ ਪੂਰੇ ਹੋਣਗੇ ਜਨਾਬ ਇਹਦੇ, ਅਤੇ 3 ਲੱਖ ਰੁਪਈਏ ਦੇ ਵਿੱਚ ਜਨਾਬ ਪਿਆਰ ਮੁਹੱਬਤ ਵੀ ਹੈ, ਅਤੇ ਉਮੀਦ ਕਰਾਂਗਾ ਕਿ ਮੇਰੀ ਇਹ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਵੇਗੀ, ਅਤੇ ਮੇਰੀ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਜਨਾਬ ਕਰਨਾ ਹੈ ਸਬਸਕ੍ਰਾਈਬ। ਪਿਆਰ ਮੁਹੱਬਤ ਇਹੀ ਹੁੰਦਾ, ਪੁੱਛਲ ਤਾਂ ਨਿਗਾ ਮਾਰੋ ਇਹਦੇ ਉੱਤੇ, ਆਖੋ ਕੋਈ ਕੋਈ ਵੱਲ ਕੋਈ ਗੱਲ ਐਡੇ ਐਡੇ ਡੰਗਰਾਂ ਦੇ ਪੁੱਛਲ ਆਉਂਦੇ ਨੇ, ਅਸੀਂ ਨਿਗੇ ਮਾਰੋ ਆਪਣੀ ਮੈਂ ਦੀ ਤਾਰੀਫ ਜਿਹੜੇ ਇਲਾਕੇ 'ਚ ਗਈ ਆਹ ਵੇਖ ਗੀਟੀਆਂ ਬੁੰਗਦੇ ਪਈਏ ਕੋਈ ਨਹੀਂ। ਠੀਕ ਹੋ ਗਿਆ ਜੀ, ਅਤੇ ਇਹਦੇ ਵਿੱਚ ਜਨਾਬ 3 ਲੱਖ ਦੇ ਵਿੱਚ ਪਿਆਰ ਮੁਹੱਬਤ ਮਾੜਾ ਮੋਟਾ ਹੈ ਜਨਾਬ ਚਾਚਾ ਕਹਿੰਦਾ, ਅਤੇ ਦੂਸਰਾ ਸੁਬਾਹ ਸੁਵੇਗੀ 22 ਤਰੀਕ ਨੂੰ ਦਿਨ ਪੂਰੇ ਕਰੇਗੀ, ਅਤੇ ਦੋਸਤੋ ਮਿਲਾਂਗੇ ਜਨਾਬ ਅਗਲੀ ਵੀਡੀਓ ਦੇ ਵਿੱਚ। ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।